ਸੋ ਸੀ ਗੱਲ ਦੋਸਤੋ ਮੈਂ ਵਿਪੇਸ਼ ਗਰਗ ਬਾਗਬਾਨੀ ਵਿਕਾਸ ਅਫਸਰ ਔਰ ਇਸ ਵੇਲੇ ਆਪਾਂ ਖੜੇ ਹੈਗੇ ਆ ਮਾਨਸਾ ਪੁਲਿਸ ਲਾਂਚ ਨਾਲ ਹੈਗੇ ਨੇ ਕੁਲਵੰਤ ਜੀ ਜੀਓ ਮੈਸਿੰਜਰ ਇਨਚਾਰਜ ਦੇ ਡਾਕਟਰ ਸਾਹਿਬ ਨੂੰ ਮੈਂ ਲੈ ਕੇ ਆਇਆ ਸੀ ਕਿਉਂਕਿ ਉਹਦੇ ਕਿਨੂਆ ਦੇ ਕਾਫੀ ਬੂਟੇ ਹੈਗੇ ਨੇ ਸੋ ਨਾਲ ਹੈਗੇ ਨੇ ਡਾਕਟਰ ਹਰਮਨ ਪੰਨੂ ਜੀ ਸੋ ਕਾਫੀ ਦਿਨਾਂ ਤੋਂ ਜਿਹੜੇ ਕਿਨੂਆ ਦਾ ਬੂਟੇ ਹੈਗੇ ਸੋ ਉਹਨਾਂ ਨੂੰ ਕੀ ਖਾਦ ਪਾਣੀ ਦਿੱਤੀ ਜਾਵੇ ਆ ਕੀ ਉਹਦੀ ਸਾਮ ਸੰਭਾਲ ਕੀਤੀ ਜਾਵੇ ਸੋ ਉਸ ਨੂੰ ਲੈ ਕੇ ਕਾਫੀ ਦਿਨਾਂ ਤੋਂ ਅਸੀਂ ਵਿਜ਼ਿਟ ਕਰਨਾ ਹੈਗਾ ਸੀ ਔਰ ਤੁਸੀਂ ਦੇਖੋਗੇ ਕਿ ਇਹ ਐਸਐਸਪੀ ਲੰਬਾ ਸਾਹਿਬ ਜੋ ਮੌਜੂਦਾ ਐਸਐਸਪੀ ਸੰਗਰੂਰ ਹੈਗੇ ਨੇ ਸੋ ਉਹਨਾਂ ਵੱਲੋਂ ਇਹ ਸਾਰੇ ਬੂਟੇ ਜਿਹੜੇ ਹੈਗੇ ਸੀ ਬਾਗਬਾਨੀ ਵਿਭਾਗ ਵੱਲੋਂ ਦੇ ਨਾਲ ਮਿਲ ਕੇ ਲਗਾਏ ਗਏ ਸੀ ਦੇ ਲਗਭਗ 100 ਤੋਂ ਵੱਧ 115 ਕਿਹੇ ਫਾਲਸਾ ਦੇ ਬੂਟੇ ਹੈਗੇ ਨੇ ਜੋ ਇਸ ਵੇਲੇ ਫਲ ਚਾਏ ਹੋਏ ਨੇ ਔਰ ਬਾਕੀ ਜਿਹੜਾ ਕਿੰਨੂ ਹੈਗਾ ਉਹ ਵੀ ਬੇਅਰਿੰਗ ਚ ਆ ਜਾਣਾ ਹੈਗਾ ਅਗਲੇ ਸਾਲ ਦੇ ਤੁਸੀਂ ਉਹ ਦੇਖ ਕੇ ਹੈਰਾਨ ਹੋਵੋਗੇ ਕਿ ਕਿੰਨਾ ਇਹ ਫਾਲਸਾ ਇੱਕ ਇੱਕ ਬੂਟੇ ਤੇ ਘਟੋ ਘਟ 4 4 5 5 ਕਿਲੋ ਫਾਲਸਾ ਲੱਗਿਆ ਹੋਇਆ ਸੋ ਡਾਕਟਰ ਸਾਹਿਬ ਤੁਹਾਡਾ ਕੀ ਐਕਸਪੀਰੀਅੰਸ ਹੈਗਾ ਆ ਬੜਾ ਵਧੀਆ ਲੱਗਿਆ ਜੀ ਇੱਥੇ ਆ ਕੇ ਔਰ ਬੜਾ ਖੁਸ਼ ਦਿਲ ਖੁਸ਼ ਹੁੰਦਾ ਜਦੋਂ ਦੇਖਦੇ ਆਂ ਫਾਲਸਾ ਇੱਕ ਬਹੁਤ ਹੀ ਕੀਮਤੀ ਫੂਟ ਹੈਗਾ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਆਂ ਕਿ ਲਗਭਗ ਇਹਦੀ ਜਿਹੜੀ ਕੀਮਤ ਹੈ 1200 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਵਿਕਦਾ ਹੈਗਾ ਤੇ ਜੇ ਇਹ ਸੀਰੀਜ਼ ਜੇ ਖਾਸ ਕਰਕੇ ਇੱਥੇ ਮੋਸਟਲੀ ਜਿਹੜਾ ਸਮੂਹੀ ਡਿਰੀਜਨੇ ਟੱਬੇ ਹੈਗੇ ਨੇ ਤੇ ਟੱਬਿਆਂ ਤੇ ਬੜਾ ਸੋਹਣਾ ਚੱਲ ਰਿਹਾ ਹੈਗਾ ਤਾਂ ਫਾਰਮਰਸ ਲਈ ਵੀ ਇਹ ਬੜੀ ਅੱਛੀ ਗੱਲ ਹੈਗੀ ਇਹ ਵੀ ਜੇ ਉਹ ਫਾਲਸੇ ਦੀ ਕਲਟੀਵੇਸ਼ਨ ਕਰਨ ਤਾਂ ਕਾਫੀ ਅੱਛਾ ਉਹ ਆਮਦਨ ਜਿਹੜੀ ਲੈ ਸਕਦੇ ਹੈਗੇ ਹੈ ਔਰ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਕਿੰਨੂ ਨਿੰਬੂ ਔਰ ਹੋਰ ਵੀ ਮਸੰਮੀ ਮਾਲਟਾ ਔਲੇ ਹਰ ਇੱਕ ਤਰ੍ਹਾਂ ਦਾ ਪੌਦਾ ਜਿਹੜਾ ਇੱਥੇ ਚੱਲ ਰਿਹਾ ਹੈਗਾ ਤਾਂ ਇਸ ਲਈ ਬੜਾ ਅੱਛਾ ਜਿਹੜਾ ਇਹ ਆਪਣਾ ਕਿਚਨ ਗਾਰਡਨ ਬਣਿਆ ਹੋਇਆ ਹੈਗਾ ਪੁਲਿਸ ਲਾਈਨ ਦੇ ਵਿੱਚ ਬੜੀ ਮਿਹਨਤ ਹੋਈ ਹੈਗੀ ਇਹਦੇ ਪਿੱਛੇ ਤੇ ਹਾਂ ਬੜਾ ਅੱਛਾ ਲੱਗ ਰਿਹਾ ਜੀ ਮੈਂ ਤੁਹਾਨੂੰ ਇੱਕ ਵਾਰੀ ਮੜਾ ਜਿਆ ਦਿਖਾਣਾ ਤੁਸੀਂ ਇਸ ਬੂਟੇ ਤੇ ਵੀ ਦੇਖ ਸਕਦੇ ਹੋ ਕਿ ਕਿੰਨਾ ਫਲ ਹੈਗਾ ਸੋ ਇਹ ਆਮ ਮਾਰਕੀਟ ਦੇ ਵਿੱਚੋਂ 600 ਰੁਪਏ ਤੋਂ ਲੈ ਕੇ ਜਿਹੜਾ ਆਰਗੇਨਿਕਲੀ ਹੈਗਾ 1200 ਰੁਪਏ ਕਿਲੋ ਤੱਕਰ ਬਿਕਦਾ ਹੈਗਾ ਸੋ ਇਸ ਦੀ ਸਕਵੈਸ਼ ਬਣਦੀ ਹੈਗੀ ਆ ਇਸ ਦਾ ਡਾਇਰੈਕਟ ਵੀ ਆਪਾਂ ਇਹਨੂੰ ਖਾ ਸਕਦੇ ਹੈਗੇ ਆ ਇਸ ਤੋਂ ਇਲਾਵਾ ਇਹਦਾ ਕੋਈ ਹੋਰ ਵੀ ਜਿੱਦਾਂ ਮਤਲਬ ਆਪਾਂ ਬੇਲ ਦਾ ਸ਼ਰਬਤ ਬਣਾਉਂਦੇ ਆ ਸੋ ਸ਼ਰਬਤ ਵੀ ਇਹਦਾ ਬਹੁਤ ਟੇਸਟੀ ਬਣਦਾ ਹੈਗਾ ਸੋ ਬਹੁਤ ਗੁਣਕਾਰੀ ਇਹ ਬੂਟਾ ਹੈਗਾ ਔਰ ਈਜ਼ਲੀ ਪੀਏਯੂ ਤੋਂ ਜਾਂ ਆਮ ਨਰਸਰੀ ਤੋਂ ਇਹ ਮਿਲ ਜਾਂਦਾ ਹੈਗਾ ਔਰ ਇਨਫੈਕਟ ਸੀਡ ਤੋਂ ਹੀ ਇਹ ਬੂਟਾ ਹੋ ਜਾਂਦਾ ਹੈਗਾ ਸੋ ਅਸੀਂ ਕਾਫੀ ਪਲਾਂਟਸ ਰੇਜ ਵੀ ਕੀਤੇ ਹੈਗੇ ਤੇ ਅਸੀਂ ਚਾਹਦੇ ਹੈਗੇ ਕਿ ਐਟ ਲੀਸਟ ਇਹ ਹਰੇਕ ਖੇਤ ਹਰੇਕ ਘਰ ਜਾਂ ਫਿਰ ਮਤਲਬ ਸਕੂਲ ਐਟ ਲੀਸਟ ਸੋ ਬਹੁਤ سارے ਸਕੂਲਾਂ ਦੇ ਵਿੱਚ ਵੀ ਅਸੀਂ ਜਿਹੜੇ ਇਦਾਂ ਦੇ ਸ਼ਰਬਰੀ ਪਲਾਂਟਸ ਹੈਗੇ ਆ ਸੋ ਤੁਸੀਂ ਦੇਖੋਗੇ ਕਿ ਬੂਟੇ ਦੀ ਜਿਹੜੀ ਹਾਈਟ ਹੈਗੀ ਆ ਉਹ ਵੀ ਕਾਫੀ ਛੋਟੀ ਹੈਗੀ ਆ ਸੋ ਇਸ ਇਹ ਉਸ ਪੱਖੋਂ ਮਤਲਬ ਬਹੁਤ ਹੀ ਇੰਪੋਰਟੈਂਟ ਫਰੂਟ ਹੈ ਜਿਹੜਾ ਅੱਜਕੱਲ ਕਰਾਂ ਚ ਜਿੱਥਾਂ ਨਹੀਂ ਹੈਗੀ ਦਾ ਸੋ ਉੱਥੇ ਵੀ ਆਪਾਂ ਇਸ ਨੂੰ ਲਗਾ ਸਕਦੇ ਹੈਗੇ ਕਿਸੇ ਗਮਲੇ ਚ ਜਾਂ ਕਿਸੇ ਪੋਲੀ ਬੈਗ ਚ ਅੱਜਕੱਲ ਕਿਉਂਕਿ ਬਹੁਤ ਸਾਰੇ ਲੋਕ ਅੱਜਕੱਲ ਜਿੱਦਾਂ ਅ ਅੱਜਕੱਲ ਕਲਚਰ ਚੱਲ ਰਿਹਾ ਹੈਗਾ ਕਿ ਹਰੇਕ ਬੰਦਾ ਚਾਹੁੰਦਾ ਕਿ ਆਪਣੇ ਘਰ ਖਾਨ ਜੋਗਰੀ ਥੋੜੇ ਬਹੁਤ ਫਲ ਹੋਣ ਸੋ ਉਸ ਦੇ ਵਿੱਚ ਫਾਲਸਾ ਹੋ ਗਿਆ ਫਿਰ ਕਰੋੰਦਾ ਹੋ ਗਿਆ ਫਿਰ ਕੁੰਬਕਟ ਨਿੰਬੂ ਹੋ ਗਿਆ ਹੋਰ ਇਦਾਂ ਦੇ ਜਿਹੜੇ ਪਲਾਂਟਸ ਹੈਗੇ ਜਿਹੜੇ ਕਿ ਛੋਟੀ ਹਾਈਟ ਦੇ ਔਰ ਮੈਨੇਜ ਕਰਨਾ ਬੜਾ ਸੋਖਾ ਹੁੰਦਾ ਸੋ ਉਸ ਪੱਖੋਂ ਜਿਹੜਾ ਫਾਲਸ ਹੈਗਾ ਬਹੁਤ ਹੀ ਇੰਪੋਰਟੈਂਟ ਪlant ਹੈਗਾ ਔਰ ਇਹ ਬਹੁਤ ਹੀ ਕਲਾਈਮੇਟ ਰੀਜ਼ੀਲिएंट ਹਾਰਡੀ ਹਾਰਡੀ ਹੈਗਾ ਮਤਲਬ ਇਹਦੀ ਸਾਮ ਸੰਭਾਲ ਬਹੁਤ ਹੀ ਘੱਟ ਹੈਗੀ ਆ ਸੋ ਆਪਾਂ ਆਮ ਖਾਸ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਬਹੁਤ ਜ਼ਰੂਰ ਤੁਸੀਂ ਆਪਣੇ ਘਰ ਖੇਤ ਮੋਟਰਾਂ ਤੇ ਜਾਂ ਫਿਰ ਜਿੱਦਾਂ ਹੁਣ ਤੁਸੀਂ ਦੇਖੋਗੇ ਕਿ ਜਿਹੜੀਆਂ ਸਮਾਜਿਕ ਜਾਂ ਜਨਤਕ ਥਾਵਾਂ ਹੈਗੀਆਂ ਸੋ ਜਿੱਦਾਂ ਇਹ ਪੁਲਸ ਲਾਈਨ ਹੈਗੀ ਆ ਸੂਰੇ ਆਬਵੀਅਸਲੀ ਆਪਾਂ ਇਹ ਫਾਲਸ ਨੂੰ ਤਾਂ ਚੂਜ਼ ਕੀਤਾ ਗਿਆ ਹੈਗਾ ਸੀ ਕਿ ਅ ਕਿਉਂਕਿ ਇਹ ਬੇਸਿਕਲੀ ਟਿੱਬੇ ਹੁੰਦੇ ਸੀ ਕਿਸੇ ਵੇਲੇ ਔਰ ਉਸ ਪੱਖੀ ਤੁਸੀਂ ਵੈਸੇ ਵੀ ਤੁਸੀਂ ਦੇਖ ਵੀ ਸਕਦੇ ਹੋ ਕਿ ਇਹ ਕਾਈਂਡ ਆਫ ਸੈਮੀ ਫੋਰੈਸਟ ਸਿਸਟਮ ਬਣ ਗਿਆ ਹੈਗਾ ਜਿੱਥੇ ਅ ਅਸੀਂ ਆਵਲਾ 베ਰੀ ਫਿਰ ਫਾਲਸਾ ਮਾਲਟਾ ਕਿਨੂ ਇਹ ਸਭ ਬੂਟੇ ਲਗਾਏ ਸੀ ਮੈਂ ਤੁਹਾਨੂੰ ਦਿਖਾਣਾ ਅਸੀਂ ਜਿਹੜੀ ਮਤਲਬ ਬਾੜ ਹੈਗੀ ਸੀ ਬੇਸਿਕਲੀ ਸੋ ਉੱਥੇ ਅਸੀਂ ਆਵਲਾ ਲਗਾਇਆ ਹੋਇਆ ਸੋ ਇਹ ਆਵਲਿਆਂ ਦੇ ਬੂਟੇ ਹੈਗੇ ਨੇ ਔਰ ਵਿੱਚ ਇਹ ਪਿਛਲੇ ਸੀਜ਼ਨ ਦੀ ਜਿਹੜੇ ਫੁੱਲ ਹੈਗੇ ਆ ਕਰਾਇਆ ਗੁਲਦਾਉ ਦੀ ਹੈਗੀ ਸੀ ਕਰਾਇ ਦੇਣ ਤੇ ਮਮ ਦੇਸੀ ਜਿਹੜਾ ਹੁੰਦਾ ਸੋ ਲੱਗਿਆ ਹੋਇਆ ਸੀ ਪਲੱਸ ਹੋਰ ਵੀ ਇਸ ਵਿੱਚ ਬੇਲਾਂ ਬੁੱਲਾਂ ਲਾਈਆਂ ਹੈਗੀਆਂ ਸੋ ਕਿਉਂਕਿ ਉਹਦੀ ਮੈਨੇਜਮੈਂਟ ਉਹਨਾਂ ਨਹੀਂ ਹੈਗਾ ਕਿਉਂਕਿ ਇਹ ਕੋਈ ਵੈਸੇ ਦਾ ਕਿਸੇ ਕਿਸਾਨ ਦਾ ਖੇਤ ਹੈ ਨਹੀਂ ਸੋ ਇਹ ਕਿਤੇ ਨਾ ਕਿਤੇ ਕੱਟ ਮੇਨਟੇਨੈਂਸ ਜਾਂ ਆਪਾਂ ਘਟ ਸਾਮ ਸੰਭਾਲ ਵਾਲੀਆਂ ਥਾਮਾਂ ਤੇ ਜਿੱਦਾਂ ਬਹੁਤ ਸਾਰੀਆਂ ਪੰਚਾਇਤੀ ਥਾਮਾਂ ਪਈਆਂ ਹੈਗੀਆਂ ਸੋ ਉੱਥੇ ਆਪਾਂ ਸੋਚਦੇ ਆਂ ਵੀ ਕੀ ਇਨਕਮ ਦਾ ਐਡੀਸ਼ਨਲੀ ਸੋਰਸ ਹੋ ਸਕਦਾ ਸੋ ਉਸ ਪੁਆਇੰਟ ਆਫ 뷰 ਨਾਲ ਪੰਚਾਇਤੀ ਥਾਮਾਂ ਤੇ ਫਾਲਸਾ ਬਹੁਤ ਹੀ ਕਿਫਾਇਤੀ ਪਲੱਸ ਇਹ ਜਿੱਦਾਂ ਮੰਡੇਗਾ ਦੇ ਵਿੱਚ ਬਹੁਤ ਸਾਰੀ এমਪਲੋਇਮੈਂਟ ਜਨਰੇਟ ਹੋ ਸਕਦੀ ਹੈ ਕਿਉਂਕਿ ਮੇਨ ਇਸ ਦੀ ਕੋਈ ਪ੍ਰੋਬਲਮ ਹੈਗੀ ਉਹ ਹੈਗੀ ਤੋੜਨ ਦੀ ਸੋ ਲੇਬਰ ਦੀ ਸੋ ਜੇਕਰ ਇਹ ਪੰਚਾਇਤੀ ਜ਼ਮੀਨਾਂ ਚ ਜਿੱਥੇ ਸਾਮ ਸੰਭਾਲ ਘਟ ਇਹ ਜੇ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਫੈਲੋ ਦੇ ਖਾਲੀ ਥਾਮਾ ਪਈਆਂ ਸੋ ਉੱਥੇ ਇਹ ਬਹੁਤ ਹੀ ਕਿਫਾਇਤੀ ਫਸਲ ਹੋ ਸਕਦੀ ਹੈ ਕਿ ਇਹ ਔਰ ਵੈਸੇ ਵੀ ਇਹ ਪੰਜਾਬ ਦਾ ਜੱਦੀ ਰੁੱਖ ਹੈਗਾ ਔਰ ਕਿਤੇ ਨਾ ਕਿਤੇ ਜਿਹੜਾ ਆਪਣਾ ਮਤਲਬ ਬੰਦਿਆਂ ਨੂੰ ਵੀ ਪਸ਼ੂ ਪੰਛੀਆਂ ਨੂੰ ਵੀ ਖਾਣ ਨੂੰ ਦਿੰਦਾ ਇਸ ਤੋਂ ਇਲਾਵਾ ਕੋਈ ਵੀ ਪੰਛੀ ਬਹੁਤ ਸਾਰੇ ਪੰਛੀ ਇਸ ਨੂੰ ਖਾ ਕੇ ਇਨਫੈਕਟ ਆਪਣਾ ਗੁਜ਼ਾਰਾ ਕਰਦੇ ਆ ਸੋ ਉਸ ਪੁਆਇੰਟ ਆਫ 뷰 ਨਾਲ ਵੀ ਇਹ ਜਿਹੜਾ ਚੁਗਰਦਾ ਹੈਗਾ ਇਹ ਆਪਾਂ ਕਿਦਾਂ ਜਿਹੜਾ ਆਪਣਾ ਪਵਨ ਪਾਣੀ ਹੈ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਜਿਹੜਾ ਉਹ ਗੁਰੂ ਸਾਹਿਬ ਨੇ ਆਪਾਂ ਨੂੰ ਹੁਕਮ ਦਿੱਤਾ ਹੈਗਾ ਸੋ ਉਹ ਵੀ ਆਪਾਂ ਕਿਤੇ ਨਾ ਕਿਤੇ ਉਹਦੀ ਉਹਦੀ ਪਾਲਣਾ ਕਰ ਸਕਦੇ ਹੋ ਤੁਸੀਂ ਦੇਖੋਗੇ ਮੇਰੇ ਹੱਥ 'ਚ ਫਾਲਸਾ ਹੈਗਾ ਸੋ ਜ਼ਰੂਰ ਤੁਸੀਂ ਉਰੇ ਵਿਜ਼ਿਟ ਵੀ ਕਰ ਸਕਦੇ ਹੋ ਪਰਮਿਸ਼ਨ ਲੈ ਕੇ ਤੇ ਜ਼ਰੂਰ ਮੈਂ ਫੇਰ ਇੱਕ ਵਾਰੀ ਸਾਰਿਆਂ ਨੂੰ ਸਿਮਰ ਬੇਨਤੀ ਕਰਨਾ ਕਿ ਜ਼ਰੂਰ ਤੁਸੀਂ ਇਹ ਜਿਹੜਾ ਫਾਲਸਾ ਰੁੱਖ ਹੈਗਾ ਇਸ ਨੂੰ ਮੈਂ ਬਹੁਤ ਪ੍ਰਮੋਟ ਕਰਨਾ ਐਕਚੁਅਲੀ ਦੇ ਜ਼ਰੂਰ ਤੁਸੀਂ ਇਸ ਦੀ ਖੇਤੀ ਨੂੰ ਪ੍ਰਮੋਟ ਕਰੋ ਪੰਚਾਇਤਾਂ ਚ ਸਕੂਲਾਂ ਚ ਜਾਂ ਆਮ ਜਿਹੜੀਆਂ ਜਨਤਕ ਥਾਵਾਂ ਤੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਤੁਸੀਂ ਆ ਬਾਗਵਾਨੀ ਵਿਭਾਗ ਦੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ